तेरे तो मैनू बहुत उम्मीदा ने। अज तो मैं अपनी नवी जिंदगी की शुरुआत हुई है। तेनू तो पता ही है बचपन में मेरे माँ प्यो मर गए जी। हूँ उन्होंने जगह तैं काम करना सारा सामना मेरा अर्जी कमीन बारी। तुझे टेंशन ना लो जी, मैं सारी जिम्मेवारी सामभ लाँगी। मैनू तेनू तो पता ही है मेरे चाचे ताए ने पालिया मैंने। ठीक है जी, किसी चीज़ की भी लोड़ हुई तो मैं तू दस दी। अपने लगे जमीन जायदाद भी तोड़ा नहीं है, जमीन सुख ठीक है जी। हाँ जी, कोई भी दुख सौखा तो मेरे नाल साझा कर लेना, किसी को होर दसन की लोड़ नहीं। चल गल बहुत हो गई। और फिर अज तो फिर कुछ होगी तू? हाँ जी हाँ जी, खर्च है मैं तो। नाले मेरी गल सुन ला। हाँ जी, एक तो तेन चल तेरे मैं ले आया, टाइम ना लाई यार उत्थे बाला। क्यों टाइम का है, क्यों ना लावा? ਪਿੱਛੇ ਕੰਮ ਵੀ ਕਰ ਲੈਣੇ, ਤੂੰ ਤਾਂ ਗੱਲਾਂ ਮਾਰਨ ਲੱਗ ਜਾਂਦੀਆਂ ਨਾ ਛੋਟੀਆਂ ਦਾ, ਕਦੇ ਮੱਝਾਂ ਦੀਆਂ ਗੱਲਾਂ, ਕਦੇ ਕਿਹੜੀਆਂ ਗੱਲਾਂ, ਛੋਟੀਆਂ ਗੱਲਾਂ ਹੀ ਮੁੱਕਦੀਆਂ। ਓਹੋ ਐਂ ਕਾ ਤਾਂ ਬੋਲਦੇ ਹੋ, ਚੱਲ ਚੱਲੀਏ ਆਪਾਂ, ਬਾਹਲੇ ਲੇਟ ਹੋ ਗਏ, ਤੁਸੀਂ ਹੋਰ ਗੱਲਾਂ ਮਾਰਨ ਲੱਗ ਗਏ। ਥੋੜਾ ਤਾਂ ਔਖਾ ਬੁੜੀ ਜਾਂਦਾ, ਕਦੇ ਕੁੱਤੇ ਦੀ ਗੱਲ ਛੇੜ ਦਿੰਦੇ, ਕਦੇ ਕਿਹਦੀ ਗੱਲ ਛੇੜ ਦਿੰਦੇ, ਫਿਰ ਕੀ ਹੋ ਗਿਆ? ਤਾਂ ਹੀ ਕਹਾਣੀਆਂ ਪਾ ਕੇ ਬਹਿ ਜਾਂਦੇ। ਗੇਟ ਤਾਂ ਲਾਈ ਬੈਠੇ ਨੇ, ਫਿਰ ਲਾਣ ਗਈ ਕੀ ਹੋ ਗਿਆ? ਹਾਕ ਮਾਰੋ, ਤੂੰ ਹਾਕ ਮਾਰ। ਡੋਗੀ ਆ ਗਿਆ ਆਪਣਾ ਡੋਗੀ। फोन ते लगी रहनी है सारा दिन, पढ़ पढ़ ले आया कर। ओहो मम्मी, मैं फोन विच्चों ही पढ़दी हां, डिटेल जमाना वा, सारे काम फोन ते ही हो जांदे ने। आ देखा बाहर खड़का होन दिया, मैं देखे आनी हूं कौन। आगी आगी, फोन खड़वाउंदी। सशिकल पैरे, सशिकल सशिकल, आजो आजो। मम्मी किथे आ? अंदर ही ने, आजो डोगी रोई जांदा। होर मम्मी बुलबुल किथे आ? अच्छा अच्छा, पढ़दी हुंदी आ? तू की करी जांदी सी? कदे फोन फोन कर लिया कर, फोन भी नहीं करदी हैगी, बिजी आउंदा हुंदा की चक्कर है? अच्छा वीरा किथे है? वीरा उसके बाहर गया। एन मैं किन्नी बारी क्या नौकरी लभना, नौकरी लभना, इधर उधर घूमी आएगा, बुलटा ते गेड़े मारी आएगा, पैसे खराब करी जांदा। ले वीरा भी आ गया। सत श्री अकाल भाई। सत श्री अकाल। ठीक हो? और की हाल है वीरा? बढ़िया बढ़िया। कुंजो समझा ले इन, कोई काम कुम लग जावे किते। कोई ना मम्मी, मैं कहनी हां वीरे कोई काम कर लभ लै, चंगीआं गल्लां नहीं हैगीआं इह, सारा दिन तू बाहर घूमी रहना है, माड़ा मोटा घर दा भी देख ला, किथे रहना अजकल? बस काम कुम देख रहे, कोई काम मिलदा जीगा? लै काम नहीं मिलदा हैगा, माड़ी मोटी शर्म कर लै, सारा दिन वेला घूमदा रहना है। क्या होया? मैं मुंडे नूं फार्म जे भरे नहीं, उहदी देख रहे जे मिलू नौकरी। होर वीर ਕੋਈ ਦੇਖ ਲਾ ਮਾੜਾ ਮੋਟਾ, ਖਲ ਫੀਡ ਦੀ ਦੁਕਾਨ ਉੱਤੇ ਲੱਗੇ, ਫੀਡ ਵਾਲੀਆਂ ਦੁਕਾਨਾਂ ਨੇ ਭਰੇ ਹੋਏ ਨੇ ਫਾਰਮ ਮੇਰੇ, ਬਾਕੀ ਦੇਖਦਾ ਜੀ ਮਿਲੂਗੀ ਨੌਕਰੀ ਕੋਈ। ਆਪ ਦਾ ਕੰਮ ਖੋਲ ਲੈ ਕੋਈ, ਇੱਥੇ ਪਿੰਡ ਦੇ ਵਿੱਚ ਡੈਰੀ ਡੂਰੀ ਦੇਖ ਲੈ, ਖੋਲ ਲੈ। ਚੱਲ ਕੋਈ ਗੱਲ ਨੀ, ਖੋਲ ਲੇਗਾ, ਤੁਸੀਂ ਕਾਹਤੋਂ ਟੈਨਸ਼ਨ ਲੈਂਦੇ ਹੋ? ਹੁਣ ਟਾਈਮ ਆਨ ਤੇ ਹੀ ਲੱਗੂਗੀ ਨੌਕਰੀ, ਹੁਣ ਐਦਾਂ ਥੋੜਾ ਨਾ ਨੌਕਰੀਆਂ ਧਰੀਆਂ ਪਈਆਂ, ਸਰਕਾਰਾਂ ਕਿਹੜਾ ਨੌਕਰੀ ਦੇਣ ਨੂੰ ਤਿਆਰ ਰਹਿੰਦੀਆਂ ਨੇ? ਨਹੀਂ ਨਹੀਂ, ਤੈਨੂੰ ਪਤਾ ਨੀ ਮੰਡੀਰ ਦਾ ਅੱਜ ਕੱਲ੍ਹ ਬੁਲਟਾਂ ਦਾ ਤੇਲ ਫੂਕ ਕੇ ਕੁਛ ਨੀ ਬਣਦਾ ਹੈਗਾ, ਇਹ ਨਸ਼ੇ ਪੱਤਿਆਂ 'ਚ ਪਏ ਹੋਏ ਨੇ ਸਾਰੇ ਮੁੰਡੇ, ਸਾਰਿਆਂ ਦਾ ਪਤਾ ਮੈਨੂੰ। ਪ੍ਰਾਈਵੇਟ ਹੀ ਲੱਗ ਜਾ। ਦੋ ਤਿੰਨ ਕੀਲੇ ਨੇ ਅਗਲਾ ਕਹਿੰਦਾ ਕੌਣ ਵਿਆਹ ਕਰਦਾ, ਕੰਮ ਕਰ ਲੱਗੇਗਾ ਫਿਰ ਤੈਨੂੰ ਅਗਲਾ ਕੁੜੀ ਦੇਊਗਾ, ਭੈਣ ਦੇ ਮਾੜਾ ਜਿਹਾ ਘਰ ਵੱਲ। ਚੱਲ ਫਿਰ ਆਪਾਂ ਨੂੰ ਕਵੇਲਾ ਹੋਈ ਜਾਂਦਾ, ਉਧਰ ਮਾਸੀ ਦਾ ਵੀ ਪਤਾ ਲੈ ਕੇ ਆਉਣਾ। ਹਾਂ ਹਾਂ ਚਲੋ ਕੋਈ ਗੱਲ ਨੀ, ਨਾ ਬੈਠ ਚਾਹ ਪਾਣੀ ਪੀ ਕੇ ਜਾਂਦੀ ਤੂੰ ਆਪਣਾ। ਕੋਈ ਗੱਲ ਨੀ ਮੰਮੀ, ਉੱਥੇ ਪੀ ਲਾਂਗੀ ਮੈਂ। ਕੀ ਹੈ? ਕੋਈ ਗੱਲ ਨੀ, ਫੇਰ ਕਿਹੜਾ ਮਾਰਾਂਗੇ ਜੀ ਕਿਸੇ ਦਿਨ। ਹਾਂ ਚਲ ਆ ਜੀ, ਮੇਰਾ ਵੀ ਦਿਲ ਲੱਗਦਾ। ਚੱਲ ਚੰਗਾ ਭਾਈ, ਤੂੰ ਵੀ ਕਦੇ ਕੰਮ ਕੁੰਮ ਦੇਖ ਮਾੜਾ ਮੋਟਾ, ਹੈ ਕੋਈ ਨਾ ਕੋਈ ਦੇਖ ਲਓ, ਹੋਰ ਆਪਦਾ ਸਹਾਰਾ ਬਣੀ ਜਾਂਦਾ। ਕੁਛ ਨੀ, ਤੁਹਾਡੇ ਵਾਸਤੇ ਪਾਣੀ ਗਰਮ ਕਰ ਰਹੀ ਸੀ। ਅੱਛਾ, ਹੋਰ ਯਾਰ ਨਹਾ ਲੂੰਗਾ ਚੱਲ, ਤੇ ਮੇਰੀ ਗੱਲ ਸੁਣ। ਹਾਂਜੀ
ਇਹ ਤੋਂ ਬਾਅਦ ਤੂੰ ਉਹ ਗਰਮੀ ਚਾਹ ਬਣਾ ਲਈ ਠੀਕ ਹੈ ਜੀ ਮੈਂ ਬਣਾ ਦਾਂਗੀ ਫੇਰ ਤੇ ਜਾਏ ਹੁਣ ਯਾਰ ਮੈਂ ਹੁਣੇ ਬਣਾ ਕੇ ਦਵਾ ਆਪਾ ਪਾਣੀ ਦਿੱਤਾ ਹੋ ਜਾਏ ਫੇਰ ਬਣਾ ਠੀਕ ਹੈ ਜੀ ਮੈਂ ਬਣਾ ਦਿੰਦੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਆਪਾਂ ਨੂੰ ਜ਼ਮੀਨ ਮਿਲ ਰਹੀ ਸੀ ਆ ਗਵਾਂਢੀਆਂ ਦਾ ਮੁੰਡਾ ਕੈਨੇਡਾ ਜਾਣਾਗਾ ਇਹਨਾਂ ਨੇ ਜ਼ਮੀਨ ਵੇਚੀ ਹੈ ਅੱਛਾ ਹੋਰ ਤੇ ਮੈਂ ਚੱਲ ਆਪਾਂ ਜ਼ਮੀਨ ਲੈ ਲਾਂਗੇ ਮੇਰੇ ਨਾਲ ਪੈਸੇ ਜੁੜੇ ਹੋਏ ਹੈਗੇ ਸੀ ਚਲੋ ਵਧੀਆ ਗੱਲ ਹੈ ਇਸੇ ਬੰਦੇ ਤਾਂ ਜ਼ਮੀਨ ਜੁੜ ਜੂਗੀ ਆਪਣੇ ਨਾਲ ਜੇ ਬੈਂਕ 'ਚ ਪੈਸੇ ਰੱਖਦੇ ਹਾਂ ਆਪਾਂ ਉੱਥੇ ਕਿਹੜਾ ਬਾਹਲਾ ਵਿਆਜ ਆਉਂਦਾ ਆਪਾਂ ਨੂੰ ਸਹੀ ਗੱਲ ਹੈ ਜੀ ਇਹ ਵੀ ਤੁਹਾਡੀ ਇਹ ਚੱਲ ਆਇਆ ਆਪਾਂ ਨੂੰ ਜੁੜ ਦੂ ਜ਼ਮੀਨ ਚਲੋ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜ਼ਮੀਨ ਜੁੜੂਗੀ ਆਪਣੀ ਹੋਰ ਠੇਕਾ ਵਾਧੂ ਪੂਰਾ ਸਹੀ ਗੱਲ ਹੈ ਜੇ ਚੱਲ ਤੇਰੇ ਲਵੇ ਕਰਨੈਲ ਆ ਕੇ ਜਾਂਦਾ ਆਪਣਾ ਤਾਂ ਮੈਨੂੰ ਫੋਨ ਲਾ ਲਈ ਤੂੰ ਠੀਕ ਹੈ ਜੀ ਮੈਂ ਹੋਰ ਫੋਨ ਮੈਂ ਦੇ ਦੂੰਗਾ ਪੈਸੇ ਦਾ ਠੀਕ ਹੈ ਜੀ ਮੈਂ ਕਹਿ ਦੂੰਗੀ ਉਹਨੂੰ ਫੋਨ ਕਰ ਲੈਣ ਤੂੰ ਚੱਲ ਤੂੰ ਮੇਰੇ ਵਾਸਤੇ ਚਾਹ ਬਣਾ ਦੇ ਉਹਨਾਂ ਫਿਰ ਮੈਂ ਕੀਤੇ ਜਾਊਂਗਾ ਠੀਕ ਹੈ ਜੀ ਮੈਂ ਬਣਾ ਦਿੰਦੀ ਹਾਂ ਚੱਲ ਕੋਈ ਨਾ ਆਸ ਨੀ ਛੱਡੀ ਦੀ ਹੁੰਦੀ ਮਿਲ ਜੂਗਾ ਤੈਨੂੰ ਕੰਮ ਚੱਲ ਟੈਨਸ਼ਨ ਨਾ ਲੈ ਹੋਰ ਦੱਸ ਘਰੇ ਠੀਕ ਸੀ ਸਭ ਵਧੀਆ ਚੱਲ ਵੀਰੇ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਨੀ ਆ ਨਾ ਨਾ ਚਾਹ ਲੈਣ ਦੇ ਬਣੇ ਮਤਾ ਇੱਕ ਜ਼ਰੂਰੀ ਕੰਮ ਆਇਆ ਜੀ ਕੋਲ ਹਾਂ ਦੱਸ ਕੀ ਜ਼ਰੂਰੀ ਕੰਮ ਸੀ ਮੈਂ ਬਾਣੀਆਂ ਨਾਲ ਗੱਲ ਕਰ ਲੁਧਿਆਣੇ ਦੇ ਨਾਲ ਅੱਛਾ ਸ਼ੋਰੂਮ ਪਾਣੇ ਮੈਨੂੰ ਕੁਝ ਪੈਸੇ ਘੱਟਦੇ ਨੇ ਪੈਸੇ ਘੱਟਦੇ ਨੇ 6 ਲੱਖ ਰੁਪਏ ਚਾਹੀਦਾ ਜੇ ਕਰ ਸਕਦੇ ਹੋ ਇੰਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਮੈਂ 6 ਮਹੀਨੇ ਚ ਮੋੜ ਦੂੰਗਾ ਤੁਹਾਡੇ ਕੱਲ ਮੈਂ ਇਹਨਾਂ ਨਾਲ ਕਰੂੰਗੀ ਜ਼ਰੂਰੀ ਗੱਲ ਹਾਂ ਜੀ ਜਿਹਨੂੰ ਪੁੱਛ ਲਓ ਜੇ ਕਰ ਦੂਗਾ ਮੈਂ 6 ਮਹੀਨੇ ਚ ਮੋੜ ਦੂੰਗਾ ਤੁਹਾਡੇ ਪੱਕਾ ਚੱਲ ਕੋਈ ਨਾ ਮੈਂ ਕਰੂੰਗੀ ਤੈਨੂੰ ਫੋਨ ਤੇ ਦੱਸ ਦਾਂਗੀ ਫਿਰ ਜੇ ਕੀ ਗੱਲ ਬਣੀ ਆ ਤਾਂ ਤੂੰ ਟੈਨਸ਼ਨ ਨਾ ਲੈ ਕੰਮ ਬਾਰੇ ਠੀਕ ਹੈ ਚੱਲ ਚੱਲਦਾ ਮੈਂ ਸੁਣ ਚਾਹ ਪੀ ਕੇ ਜਾਈ ਨਾ ਨਾ ਭੈਣ ਕੱਲੀ ਕਰੇ ਨਾ ਮਾਤਾ ਚੱਲ ਕੋਈ ਨਾ ਧਿਆਨ ਰੱਖੀ ਫਿਰ ਉਹਨਾਂ ਦਾ ਦੱਸਦੀ ਬਣੇ ਫਿਰ ਚੱਲ ਠੀਕ ਹੈ ਮੈਂ ਫੋਨ ਤੇ ਦੱਸ ਦੂੰਗੀ ਤੈਨੂੰ ਠੀਕ ਹੈ ਠੀਕ ਹਾਂ ਵੀ ਇਹ ਮੈਂ ਦੱਸਦੀ ਲੱਗਦੀ ਆ ਨਹੀਂ ਦੱਸਦਾ ਨਹੀਂ ਹੈਗੀ ਮੈਂ ਨਹੀਂ ਮੂੰਹ ਦਾ ਤੇਰਾ ਉਤਰਿਆ ਪਿਆ ਦੱਸਦਾ ਯਾਰ ਮੈਨੇ ਇੱਕ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਦੱਸ ਅੱਜ ਨਾ ਪ੍ਰੀਤ ਆਇਆ ਸੀ ਘਰੇ ਅੱਛਾ ਉਹ ਮੈਨੂੰ ਦੱਸਦਾ ਸੀ ਵੀ ਨਵਾਂ ਸ਼ੋਰੂਮ ਖੋਲਣਾ ਉਹਨੇ ਕਾਹਦਾ ਸ਼ੋਰੂਮ ਖੋਲਣਾ ਕੱਪੜਿਆਂ ਦਾ ਖੋਲਣਾ ਉਹਨੇ ਲੈ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਆ ਨਾਲ ਇੱਕ ਗੱਲ ਹੋਰ ਕਹਿੰਦਾ 2 ਲੱਖ ਦਾ ਇੰਤਜ਼ਾਮ ਤਾਂ ਹੋ ਗਿਆ ਅੱਛਾ 5 ਲੱਖ ਚਾਹੀਦੇ ਸੀ ਉਹਨੂੰ ਅੱਛਾ ਉਹ ਕਹਿੰਦਾ ਜੀਜੇ ਨੂੰ ਪੁੱਛ ਕੇ ਦੱਸ ਦੀ ਜੇ ਬਣਦੀ ਹੈ ਗੱਲ ਲੈ ਜਮਾਂ ਕਾਮਲੀ ਹੋਈ ਆ ਯਾਰ ਆਪਣੀ ਤਾਂ ਇੱਧਰ ਜਮਾਨ ਹੋਈ ਇਹਨਾਂ ਨੂੰ ਪੈਸੇ ਦੇਣੇ ਨੇ ਆਪਾਂ ਨੇ ਓਹੋ ਮੰਨਦੀ ਆ ਜਮਾਨ ਹੋਈ ਪਈ ਆ ਪਰ ਮੇਰਾ ਵੀ ਤਾਂ ਫਰਜ਼ ਬਣਦਾ ਹੁਣ ਪਹਿਲੀ ਵਾਰ ਤਾਂ ਆਇਆ ਜਵਾਬ ਕਿਤੇ ਦਿੱਤਾ ਜਾਂਦਾ ਜਮਾਂ ਹੱਦ ਟਪਾਤੀ ਯਾਰ ਇਹਨੇ ਚਲੋ ਕੋਈ ਗੱਲ ਨੀ 6 ਮਹੀਨੇ ਤੱਕ ਮੋੜ ਦੂਗਾ ਤੁਸੀਂ ਟੈਨਸ਼ਨ ਕਾਹਤੋਂ ਲੈਂਦੇ ਹੋ ਰਿਸ਼ਤੇਦਾਰੀਆਂ 'ਚ ਫਰਕ ਪਿਆ ਹੁੰਦਾ ਪੈਸੇ ਨਾਲ ਪੈਸਾ ਨਹੀਂ ਦੇਣਾ ਹੁੰਦਾ ਰਿਸ਼ਤੇਦਾਰੀਆਂ 'ਚ ਫੇਰ ਕੀ ਹੋ ਗਿਆ ਆਪਣਾ ਭਰਾ ਹੀ ਲੱਗਦਾ ਕਿਹੜਾ ਬੇਗਾਨਾ ਉਹ ਤਾਂ ਤੇਰੀ ਗੱਲ ਠੀਕ ਆ ਨਾਲੇ ਪੈਸੇ ਮੋੜ ਕਿੱਥੋਂ ਦੇਊ ਤੁਹਾਡੇ ਤਾਂ ਬਾਹਲੀ ਜ਼ਮੀਨ ਜਾਇਦਾਦ ਵੀ ਨਹੀਂ ਹੈਗੀ ਯਾਰ ਤੈਨੂੰ ਪਤਾ ਕਮਾਈ ਕਾਹਦੀ ਆ ਤੁਹਾਡੇ ਮੋੜੂ ਜਦੋਂ ਤਾਂ ਕਾਰੋਬਾਰ ਚੱਲਣ ਲੱਗ ਜੂਗਾ ਆਪੇ ਮੋੜ ਜੂਗਾ ਐਡੀ ਕੀ ਗੱਲ ਹੋ ਗਈ ਮੈਨੂੰ ਨਹੀਂ ਲੱਗਦਾ ਉਹ ਕਾਰੋਬਾਰ ਕਰੂ ਯਾਰ ਉਹ ਤਾਂ ਮੰਡੀਰ ਚ ਰਲਿਆ ਹੋਇਆ ਨਸ਼ੇ ਪੱਤੇ ਕਰਨੇ ਨੇ ਉਹਨੇ ਕੋਈ ਕਾਰੋਬਾਰ ਨਹੀਂ ਕਰਦਾ ਆਈ ਕਾ ਤਾਂ ਬੋਲਦੇ ਉਹਨੂੰ ਕਿਤੇ ਨਹੀਂ ਨਸ਼ੇ ਪੱਤੇ ਕਰਦਾ ਹੈਗਾ ਮੈਨੂੰ ਪਤਾ ਉਹਦਾ ਸਾਰੇ ਪਿੰਡ 'ਚ ਤਾਂ ਗੱਲ ਉੱਡੀ ਪਈ ਹੈ ਦੁਨੀਆ ਬਹੁਤ ਕੁਛ ਕਹਿੰਦੀ ਹੈ ਐਡੀ ਕੀ ਗੱਲ ਹੋ ਗਈ ਮੈਨੂੰ ਪਤਾ ਉਹਦੇ ਬਾਰੇ ਮਸਾ ਦਾ ਕੰਮ ਕਾਰ ਤੇ ਲੱਗਿਆ ਹੈ ਮੇਰੇ ਕਹਿਣ ਤੇ ਦੇ ਦੂ ਤੁਸੀਂ ਇੱਕ ਵਾਰ ਤੈਨੂੰ ਤੇਰੇ ਭਾਈ ਤੇ ਵਿਸ਼ਵਾਸ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਕੱਲ ਮੈਂ ਤੇਰੇ ਭਰੋਸੇ ਦੇ ਦੇਣਾ ਯਾਰ ਪੈਸੇ ਚਲੋ ਠੀਕ ਹੈ ਜੀ ਮੈਂ ਉਹਨੂੰ ਫੋਨ ਕਰਕੇ ਦੱਸ ਦਿੰਦੀ ਆ ਤੈਨੂੰ ਮੂਹਰੇ ਹੋਣਾ ਪਊਗਾ ਬਾਅਦ ਚ ਓਹੋ ਤੇਰੇ ਜਗੀਨ ਤਾਂ ਦਿੰਦਾ ਮੈਂ ਇੰਨਾ ਕੁਛ ਕਾਹਤੋਂ ਬੋਲਦੇ ਹੋ ਆਪ ਹੀ ਦੇ ਦੂਗਾ ਉਹ ਪੈਸੇ ਇੰਨਾ ਤਾਂ ਭਰੋਸਾ ਹੈਗਾ ਮੈਨੂੰ ਤੇ ਚਲੋ ਮੈਂ ਉਹਨੂੰ ਫੋਨ ਕਰਕੇ ਦੱਸ ਦਿੰਦੀ ਆ ਠੀਕ ਹੈ ਕਿੱਥੋਂ ਦੇ ਦੂ ਪੈਸੇ ਮੈਨੂੰ ਨਹੀਂ ਲੱਗਦਾ ਪੈਸੇ ਦੇ ਦੂ ਮੁੰਡਿਆਂ ਦਾ ਰਲਦਾ ਫਿਰਦਾ ਕਦੇ ਬੁਲਟ 'ਤੇ ਚੜ੍ਹ ਕੇ ਇੱਧਰ ਵੱਗ ਗਿਆ ਕਦੇ ਉੱਧਰ ਵੱਗ ਗਿਆ ਨਸ਼ੇ ਪੱਤੇ 'ਚ ਲਾਉਣੇ ਹੋਣਗੇ ਪੈਸੇ ਖਰਾਬ ਕਰਦੇ ਇੱਧਰ ਮਸਾਂ ਜ਼ਮੀਨ ਦਾ ਸੌਦਾ ਹੋ ਰਿਹਾ ਸੀ
ਅੱਛਾ ਬਹਿ ਜਾ ਹੋਰ ਕਰੀ ਸੀ ਗੱਲ ਭੈਣੇ ਕਰੀ ਤਾਂ ਸੀ ਮੈਂ ਗੱਲ ਪਰ ਗੱਲ ਨਹੀਂ ਬਣੀ ਹੈਗੀ ਉਹ ਕਹਿੰਦੇ ਹੈ ਨਹੀਂ ਸਾਡੇ ਕੋਲ ਇੰਨੇ ਪੈਸੇ ਮੈਂ ਤਾਂ ਭੈਣੇ ਹੱਥ ਲੈ ਕੇ ਆਈ ਤੇਰੇ ਕੋਲ ਨਹੀਂ ਬਣੀ ਹੁਣ ਨਹੀਂ ਬਣੀ ਗੱਲ ਇਹ ਚ ਮੇਰਾ ਕੀ ਕਸੂਰ ਹੈ ਚੱਲ ਉਦਾਸ ਨਾ ਹੋ ਬਣ ਗਈ ਸੀ ਗੱਲ ਮੈਂ ਲੈ ਕੇ ਆਉਂਦੀ ਹਾਂ ਪੈਸੇ ਉਰੇ ਬੈਠ ਹਾਲਾ ਵੀਰੇ ਪੂਰੇ 6 ਲੱਖ ਨੇ ਠੀਕ ਹੈ ਭੈਣੇ ਧਿਆਨ ਨਾਲ ਵਰਤੀ ਤੈਨੂੰ ਨਹੀਂ ਪਤਾ ਕਿਵੇਂ ਲੜ ਲੜ ਕੇ ਲਿੱਤੇ ਨੇ ਪੈਸੇ ਤੇਰਾ ਜੀਜਾ ਦੇ ਨਹੀਂ ਰਿਹਾ ਸੀ ਕੋਈ ਨਾ ਮੈਂ 6 ਮਹੀਨੇ ਚ ਮੋੜ ਦੂੰਗਾ ਭੈਣੇ ਚੱਲ ਕੋਈ ਨਾ ਮੈਂ ਚਾਹ ਬਣਾ ਕੇ ਦੇ ਨਾ ਨਾ ਬਸ ਚੱਲਦਾ ਫਿਰ ਮੈਂ ਉਹ ਤੂੰ ਪੀ ਕੇ ਜਾ ਪਿਛਲੀ ਵਾਰ ਵੀ ਐਂ ਮੁੜ ਗਿਆ ਸੀ ਨਾ ਨਾ ਕੋਈ ਨਾ ਭੈਣੇ ਚੱਲ ਠੀਕ ਹੈ ਫੋਨ ਕਰਦੀ ਮੈਨੂੰ ਠੀਕ ਹੈ ਉਹ ਹਾਂ ਵੀ ਕਿੱਥੇ ਰਹਿ ਗਿਆ ਸੀ ਤੂੰ ਉਹ ਯਾਰ ਪੈਸੇ ਨਾਲ ਨਹੀਂ ਹੋਇਆ ਜੀ ਗੱਲ ਲੈ ਸਮਾਨ ਸਮਾਨ ਤਾਂ ਹੈਗਾ ਪੈਸੇ ਕਿਉਂ ਫੋਨ ਜੇ ਤੇ ਕਿਵੇਂ ਲੱਗ ਰਹੀ ਕੁਛ ਨਹੀਂ ਜੀ ਬਸ ਆ ਲਾਈਕ ਦੇ ਦਿੱਤੀ ਹਾਂਜੀ ਦੱਸੋ ਕੁਛ ਨਹੀਂ ਯਾਰ ਰੋਟੀ ਬਹੁਤ ਭੁੱਖ ਲੱਗੀ ਆ ਬਣਾ ਦੇ ਹਾਂਜੀ ਮੈਂ ਬਣਾ ਦਿੰਦੀ ਆ ਹਾਂ ਸੱਚ ਮੈਂ ਇੱਕ ਗੱਲ ਵੀ ਕਰਨੀ ਸੀ ਪ੍ਰੀਤ ਆਇਆ ਸੀ ਪੈਸੇ ਲੈ ਗਿਆ ਸੀ ਅੱਛਾ ਨਾਲੇ ਮੈਂ ਉਹਨੂੰ ਕਿਹਾ ਸੀ ਵੀ ਮੋੜ ਦੀ 6 ਮਹੀਨਿਆਂ ਤੱਕ ਕਿਤੇ ਆ ਨਾ ਹੋਵੇ ਮੈਨੂੰ ਗਾਲਾਂ ਖਾਣੀਆਂ ਪਵੇ ਹਾਂ ਮੈਂ ਤਾਂ ਤੇਰੀ ਜ਼ਿੰਮੇਵਾਰੀ ਦੇ ਦਿੱਤਾ 6 ਮਹੀਨਿਆਂ ਦੇ ਵਿੱਚ ਨਾ ਜੋੜੇ ਮੈਂ ਤਾਂ ਤੇਥੋਂ ਲੈਣੇ ਮੈਂ ਤਾਂ ਉਹਨੂੰ ਪਹਿਲੇ ਕਿਹਾ ਸੀ ਮੈਂ ਲੜ ਕੇ ਲਿੱਤੇ ਨੇ ਪੈਸੇ ਕਿਤੇ ਗਲਤ ਕੰਮਾਂ 'ਚ ਨਾ ਲਾ ਦੀ ਕਹਿੰਦਾ ਨਹੀਂ ਭੈਣੇ ਮੈਂ ਦੇ ਦੂੰਗਾ ਕੋਈ ਨਾ ਮੈਂ ਚੱਲ ਕੋਈ ਗੱਲ ਨਹੀਂ ਦੇ ਦੂੰਗਾ ਆਪਣੇ ਹੀ ਹੈ ਕਿਹੜਾ ਭਰਾਇਆ ਆ ਚੱਲ ਠੀਕ ਆ ਬੋਲੀਆਂ ਗੱਲਾਂ ਨਾ ਮਾਰ ਰੋਟੀ ਲਿਆ ਕੇ ਦੇ ਦੂੰਗਾ ਲਿਆਉਂਗੀ ਤੂੰ ਇੱਥੇ ਕਰਦੀ ਹੈ ਯਾਰ ਮਨ ਨੂੰ ਹਲੇ ਲੰਬ ਗਏ ਉਹ ਮੈਂ ਤਾਂ ਕੱਪੜੇ ਸੈੱਟ ਕਰਨ ਆਈ ਸੀ ਹਵਾ ਆਈ ਜਾਂਦੀ ਸੀ ਮੈਂ ਕਿਹਾ ਚਲੋ ਉੱਡ ਨਾ ਜਾਣਾ ਇਹਦਾ ਯਾਰ ਉਹੀ ਕੰਮ ਹੋ ਗਿਆ ਕੀ ਹੋ ਗਿਆ ਤੇਰਾ ਭਾਈ ਦਾ ਫੋਨ ਚੱਕਣ ਹੰਡ ਗਿਆ ਮੇਰਾ ਫੋਨ ਚੱਕਣ ਹੱਟ ਗਿਆ ਓਹੋ ਪੂਰਾ ਪੂਰਾ ਹੋਣਾ ਤਾਂ ਨਹੀਂ ਚੱਕਿਆ ਹੋਣਾ ਤੁਸੀਂ ਵੀ ਟੈਨਸ਼ਨ ਲਈ ਜਾਂਦੇ ਹੋ ਤਾਂ 4 ਦਿਨ ਹੋ ਗਏ ਮੈਨੂੰ ਫੋਨ ਲਾਉਂਦੇ ਹਾਂ ਤੁਸੀਂ ਐਂ ਕਰੋ ਹੁਣ ਲਾ ਕੇ ਦੇਖੋ ਕੀ ਬਲ ਚੱਕ ਲਵੇ ਉਹ ਬਿਜ਼ੀ ਹੋਣਾ ਤਾਂ ਕਰਕੇ ਨਹੀਂ ਚੱਕਿਆ ਹੋਣਾ ਨਹੀਂ ਤੇਰੇ ਸ਼ੱਕ ਦੂਰ ਕਰ ਦੇਣਾ ਤੇਰੇ ਸਾਹਮਣੇ ਲਾਉਣਾ ਦਾ ਕੋਈ ਗੱਲ ਨਹੀਂ ਕਰ ਲਓ ਲੈ ਉਹ ਤਾਂ ਸੱਚ ਬੰਦ ਕਰ ਲਈ ਹੋਣੇ ਸੱਚ ਬੰਦ ਕਰ ਲਈ ਉਹ ਹੋਰ ਬੈਟਰੀ ਲੋ ਹੋਣੀ ਤੁਸੀਂ ਤਾਂ ਇਹ ਟੈਨਸ਼ਨ ਲਈ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਪਿੰਡ ਜਾ ਕੇ ਦੇਖ ਲਿਓ ਕੀ ਪਤਾ ਕੀ ਗੱਲ ਹੋਵੇ ਬੈਟਰੀ ਬੂਟਰੀ ਹੋਏਗੀ ਉਹ ਤਾਂ ਹੁਣ ਦਾਨ ਦੇਣ ਦੇ ਬਹਾਨੇ ਕਰਦਾ ਗਾ ਮੈਂ ਤਾਂ ਤੇਰੇ ਤੋਂ ਲਓ ਪੈਸੇ ਯਾਰ ਯਾਰ ਆਈ ਕਾ ਤੂੰ ਸ਼ੱਕ ਕਰਦੇ ਹੋ ਇਹ ਚ ਮੇਰਾ ਕੀ ਕਸੂਰ ਆ ਮੈਂ ਤਾਂ ਤੇਰੀ ਜ਼ਿੰਮੇਵਾਰੀ ਦੇ ਪੈਸੇ ਦਿੱਤੇ ਸੀ ਮੈਂ ਤਾਂ ਤੇਰੇ ਤੋਂ ਲਓ ਜਿੱਥੋਂ ਮਰਜ਼ੀ ਲਿਆ ਕੇ ਦੇਈ ਮੈਂ ਤਾਂ ਪੈਸੇ ਤੇਰੇ ਤੋਂ ਲੈਣੇ ਹਾਏ ਰੱਬਾ ਮੈਂ ਕਿੱਥੇ ਦਵਾਂਗੀ ਪੈਸੇ ਮੈਂ ਕਿਹੜਾ ਕੋਈ ਨੌਕਰੀ ਕਰ ਪ੍ਰੀਤ ਵੀਰ ਪ੍ਰੀਤ ਠੀਕ ਹੈ ਮੈਂ ਸੁੱਤਾ ਜਾ ਪੈ ਰਿਹਾ ਉਹ ਪ੍ਰੀਤ ਉੱਠ ਵੀਰ ਠੀਕ ਹੈ ਮੈਂ ਪਹਿਲਾਂ ਮੈਨੂੰ ਤਾਂ ਲੱਗਦਾ ਜਿਵੇਂ ਕੋਈ ਨਸ਼ਾ ਪੱਤਾ ਕਰਿਆ ਹੁੰਦਾ ਇਹਦਾ ਤਾਂ ਹੀ ਮੇਰਾ ਫੋਨ ਨਹੀਂ ਚੱਕਦਾ ਹੈਗਾ ਤੁਰਤ ਜੀ ਨਹੀਂ ਹੈਗਾ ਤਾਂ ਜਮੇ ਪ੍ਰੀਤ ਮੈਂ ਵੀ ਕਮਰੇ ਵਾਂਗੂ ਪਿਆ ਤਾਂ ਰੁੱਤ ਸਾਤੀ ਨਹੀਂ ਬੰਦਾ ਨੂੰ ਜਾਵੇ ਹਾਂਜੀ ਹਾਂਜੀ ਇਹਨੂੰ ਕਿਹਾ ਹੋਇਆ ਹੈ ਕਿਵੇਂ ਪਿਆ ਜੀ ਬਸ ਐਂ ਨਸ਼ੇ ਪੱਤੇ ਖਾ ਕੇ ਸੋ ਜਾਂਦਾ ਹੈਗਾ ਪਤਾ ਨਹੀਂ ਲੱਗਦਾ ਇਹਦਾ ਕਿਹੜੇ ਵੇਲੇ ਆ ਗਿਆ ਕਿਹੜੇ ਵੇਲੇ ਸੋ ਗਿਆ ਅੱਛਾ ਹੁਣ ਇਹ ਕੰਮ ਕਰਨ ਲੱਗ ਗਿਆ ਤਾਂ ਹੀ ਮੇਰਾ ਫੋਨ ਨਹੀਂ ਚੱਕਦਾ ਮੈਨੂੰ ਇੰਨੇ ਦਿਨ ਹੋ ਗਏ ਫੋਨ ਲਾਉਂਦੇ ਨੂੰ ਤੇ ਸਾਡੇ ਕੋਲੋਂ ਵੀ 6 ਲੱਖ ਰੁਪਇਆ ਲੈ ਗਿਆ ਸੀ ਇਹ ਤਾਂ ਐਂ ਕਹਿ ਕੇ ਗਿਆ ਸੀਗਾ ਨਾ ਸ਼ੋਰੂਮ ਕਰੂੰਗਾ ਮੈਂ ਕੱਪੜਿਆਂ ਦਾ ਲੈ ਕਰਨਾ ਨਹੀਂ ਸ਼ੋਰੂਮ ਇਹ ਤਾਂ ਫਿਰ ਐਂ ਖਰਾਬ ਕਰਨ ਲੱਗ ਗਿਆ ਕੰਮ ਲੈ ਤੇਰੇ ਕੋਲ ਪੈਸੇ ਲਿੱਤੇ ਸੀ ਇਹਨੇ ਦੱਸ ਤੇਰੇ ਮੈਂ ਕਹਾਂ ਇਹਦੇ ਕੋਲ ਪੈਸੇ ਕਿੱਥੋਂ ਆਉਂਦੇ ਨੇ ਮੈਂ ਤਾਂ ਦਿਨ ਰਾਤ ਦੁਖੀ ਕੀਤਾ ਪਿਆ ਮੈਨੂੰ ਤਾਂ ਕੀ ਕਰਾਂ ਕੀ ਨਾ ਕਰਾਂ ਇਹ ਸੋਚ ਰਹੀ ਰਹਿੰਦੀ ਹੋਰ ਜੀ ਇਹਦਾ ਸਾਡੇ ਲਵੋ ਪੈਸੇ ਲੈ ਗਿਆ ਹੋਰ ਇਹਨੂੰ ਮਲੰਗ ਨੂੰ ਕੌਣ ਪੈਸੇ ਦਿੰਦਾ ਇਹ ਤਾਂ ਫਿਰ ਮਲੰਗ ਪੁਣੇ ਕਰਨ ਲੱਗ ਗਿਆ ਉਹੀ ਇਹਨੇ ਤਾਂ ਬਹੁਤ ਹੀ ਤੰਗ ਕੀਤਾ ਹੋਇਆ ਨਸ਼ੇ ਪੱਤੇ ਖਾਈ ਜਾਂਦਾ ਚਿੱਟਾ ਖਾਈ ਜਾਂਦਾ ਪਤਾ ਨਹੀਂ ਕੀ ਕੀ ਚੀਜ਼ਾਂ ਖਾਂਦਾ ਹੈਗਾ ਹੋਰ ਜੀ ਇਹ ਤਾਂ ਫਿਰ ਮਾੜੇ ਕੰਮ 'ਚ ਪੈ ਗਿਆ ਪਰ ਆਪਾਂ ਹੁਣ ਐਂ ਕਰ ਦਿਆਂਗੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਕਰ ਦਿੰਦੇ ਇਹਨੂੰ ਜੇ ਉੱਥੇ ਹੀ ਨਸ਼ਾ ਛੱਡ ਜੂਗਾ ਇਹ ਹੋਰ ਤਾਂ ਫਿਰ ਕੋਈ ਹੱਲ ਨਹੀਂ ਹੈਗਾ ਇਹਦਾ ਮੈਂ ਵੀ ਪੈਸੇ ਦੇ ਕੇ ਰਾਜ਼ੀ ਨਹੀਂ ਸੀ ਇਹਨੂੰ ਮੈਂ ਵੀ ਕਿਹਾ ਸੀ ਉਹਨੂੰ ਮੈਂ ਰਿਸ਼ਤੇਦਾਰੀ 'ਚ ਫਰਕ ਪੈ ਜਾਂਦਾ ਹੁੰਦਾ ਵੀ ਐਂ ਪੈਸੇ ਨਹੀਂ ਦੇਣੇ ਚਾਹੀਦੇ ਮੈਂ ਰਾਣੋ ਕੋਲ ਵੀ ਨਹੀਂ ਜਾਣ ਜੋਗੀ ਰਹੀ
ਪਤਾ ਨਹੀਂ ਤੁਸੀਂ ਕਿੱਦਾਂ ਪੰਜੀ ਪੰਜੀ ਜੋੜੀ ਹੋਣੀ ਆ, ਦਿੱਤੇ ਹੋਣੇ ਆ ਪੈਸੇ। ਪਰ ਮੈਂ ਕਰਦਾ ਜੀ, ਮੈਂ ਦੇਖਦਾ ਕੋਈ ਨਾ ਸਾਡਾ ਕਹਿੰਦਾ ਹਨਾ, ਫਿਰ ਉੱਧਰ ਕਰਦੇ ਆਪਾਂ ਗੱਲ। ਚਲੋ ਠੀਕ ਆ ਜੀ, ਫਿਰ ਮੈਂ ਚੱਲਦਾ। ਰੱਬਾ ਵੀਰਾ ਫੋਨ ਨਹੀਂ ਚੱਕ ਰਿਹਾ, ਪਤਾ ਨਹੀਂ ਕੀ ਗੱਲ ਹੋ ਗਈ, ਇਹੋ ਜਿਹੀ ਕੀ ਗੱਲ ਹੋ ਗਈ, ਸਵਿੱਚ ਆਫ ਕਰਕੇ ਬਹਿ ਗਿਆ। ਇਹ ਵੀ ਉੱਥੇ ਗਏ ਨੇ ਕਿਤੇ ਹੋਰ, ਇਹਨੂੰ ਲੜਾਈ ਪੈ ਜੇ। ਚੱਲ ਇੰਜ ਕਰਦੀ ਹਾਂ, ਫੋਨ ਕਰਕੇ ਪੁੱਛਦੀ ਹਾਂ। ਹੈਲੋ। ਹਾਂ ਹੈਲੋ, ਕੀ ਬਣਿਆ ਜੀ? ਬਣਨਾ ਕੀ ਆ, ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਨਾ, ਤੈਨੂੰ ਮੈਂ ਕਹਿੰਦਾ ਹੁੰਦਾ ਸੀ, ਉਹਦਾ ਨਸ਼ਾ ਕਰੀ ਟੈਟ ਪਿਆ ਗਾ ਜਮਾ। ਹਾਏ, ਹੁਣ ਤਾਂ ਕੋਈ ਸ਼ਰਤ ਨਹੀਂ ਹੈਗੀ ਯਾਰ। ਹੁਣ ਫਿਰ ਜੀ ਤੇਰੇ ਕੰਡੇ ਬੀਜੇ ਨੇ, ਸਾਰੇ ਸਿਆਪੇ ਤੇਰੇ ਪਾਏ ਹੋਏ ਨੇ, ਤੁਹਾਡੇ ਘਰ 'ਤੇ ਵੀ ਗਾਲਾਂ ਕੱਢਦੇ ਸੀ। ਇਹ ਮੇਰਾ ਕੀ ਕਸੂਰ ਆ? ਮੈਨੂੰ ਤਾਂ ਐਂ ਸੀ ਉਹਨੇ ਬਿਜ਼ਨਸ ਸ਼ੁਰੂ ਕਰਨਾ, ਮੈਂ ਤਾਂ ਦੇ ਦਿੱਤੇ ਪੈਸੇ, ਮੈਨੂੰ ਕੀ ਪਤਾ ਸੀ। ਸਾਰਾ ਤੇਰਾ ਹੀ ਕਸੂਰ ਹੈਗਾ, ਜੇ ਤੂੰ ਕਿਹਾ ਤਾਂ ਮੈਂ ਪੈਸੇ ਦਿੱਤੇ, ਪੈਸੇ ਵੀ ਗਏ, ਹੁਣ ਉਹਦੀ ਜਾਨ ਨੂੰ ਵੀ ਸਿਆਪਾ ਪਿਆ, ਸਾਰੇ ਘਰ 'ਤੇ ਗਾਲਾਂ ਕੱਢਦੀ, ਨਾ ਰੋਟੀ ਖਾਂਦਾ ਨਾ ਕੁਝ ਹੋਰ ਖਾਂਦਾ। ਉਹ ਚਾਹੇ ਰਾਤ ਇੱਕ ਕਰਿਆ ਪਿਆ ਉਹਨੇ ਨਸ਼ੇ ਦੇ ਵਿੱਚ। ਦੇਖੋ ਜੀ, ਮੇਰਾ ਕੀ ਕਸੂਰ ਆ? ਮੈਂ ਤੁਹਾਨੂੰ ਪੈਸੇ ਦੇ ਦਿੱਤੇ, ਮੈਨੂੰ ਕੀ ਪਤਾ ਸੀ ਆਹ ਕਰੂਗਾ ਨਸ਼ੇ ਪੱਤੇ 'ਚ। ਕਸੂਰ ਕੀ ਨਹੀਂ ਤੇਰਾ, ਸਾਰਾ ਕਸੂਰ ਤਾਂ ਤੇਰੀ ਆ, ਪਹਿਲਾਂ ਤੇਰਾ ਆ ਕੇ ਇੱਕ ਪਾਸਾ ਕਰਦਾ ਮੈਂ। ਚੱਲ ਫੋਨ ਰੱਖ। ਫੋਨ ਵੀ ਰੱਖ ਤਾ, ਜੇ ਘਰੇ ਆ ਗਏ ਨਾ ਪੱਕਾ ਇਹਨਾਂ ਨੇ ਮੈਨੂੰ ਮਾਰ ਦੇਣਾ, ਕਿ ਤੂੰ ਹੀ ਕੰਡੇ ਬੀਜੇ ਹੋਏ ਨੇ, ਤੈਨੂੰ ਕੀ ਲੋੜ ਨਹੀਂ ਪੈਸੇ ਦੇਣ ਦੀ। ਮੈਂ ਤਾਂ ਮੈਨੂੰ 50 ਵਾਰੀ ਸਮਝਾਇਆ ਸੀ ਪੈਸੇ ਨਾ ਦੇ, ਪੁੱਛੋਗੇ ਤਾਂ ਮੈਂ ਹੀ ਮਾਰ ਦਿੰਦੀ ਹਾਂ, ਬਦਨਾਮੀ ਤਾਂ ਨਹੀਂ ਹੋਊਗੀ। ਗੇਟ ਖੁੱਲ੍ਹੀ ਛੱਡੀ ਫਿਰਦੀ ਆ, ਕੋਈ ਚੋਰ ਚੱਪਾ ਅੱਜ ਪਿੰਨ ਮੰਗਦੇ ਫਿਰਦੇ। ਆਹ ਵੀ ਗੇਟ ਸਾਰੇ ਖੁੱਲ੍ਹੇ ਛੱਡੀ ਫਿਰਦੀ ਆ। ਮੇਰੇ ਚਾਹ ਪੀ ਲਾ, ਸਵੇਰ ਹੋ ਗਈ। ਕੀ ਹੋ ਗਿਆ? ਚਾਹ ਪੀ ਲਾ, ਬੇਬੇ ਕਹਾਂ ਗਈ ਆ, ਕਹਿ ਕੇ ਗਈ ਸੀ ਵੀਰੇ ਨੂੰ ਚਾਹ ਦੇ ਦੀ। ਲੈ ਚੱਕ। ਹੋਰ ਵੀਰੇ, ਤੁਹਾਡੀ ਨੌਕਰੀ ਦਾ ਕੀ ਬਣਿਆ? ਤੈਨੂੰ ਕੀ ਲੈਣਾ, ਤੂੰ ਕੰਮ ਕਰ ਲੈ ਆਪਣਾ ਜਾ ਕੇ। ਵੀਰੇ ਤੁਹਾਨੂੰ ਪਤਾ ਤਾਂ ਘਰ ਦੇ ਹਾਲਾਤਾਂ ਦਾ ਕਿੰਨਾ ਔਖਾ ਗੁਜ਼ਾਰਾ ਹੁੰਦਾ, ਬੇਬੇ ਦੀ ਪੈਨਸ਼ਨ ਆਉਂਦੀ ਆ, ਉਹ ਨਾਲ ਮੇਰਾ ਵੀ ਤੇਰਾ ਵੀ। ਹਾਂਜੀ ਹਾਂਜੀ।
ਕਿਹਦਾ ਫੋਨ ਆ? ਜੀਜੇ ਦਾ ਹੈ। ਕੀ ਕਹਿੰਦਾ ਜੀਜਾ? ਪੈਸੇ ਲੈ ਕੇ ਆ ਜੀ ਮੈਂ ਤੁਹਾਨੂੰ। ਹਾਂ ਹਾਂ। ਉਹ ਭੈਣ ਗੋਲੀਆਂ ਖਾ ਕੇ ਮਰ ਗਈ। ਹਾਏ ਵੀਰੇ, ਤੂੰ ਕਿੰਨਾ ਮਤਲਬੀ ਆ, ਤੂੰ ਆਪਦੇ ਮਤਲਬ ਲਈ ਭੈਣ ਦਾ ਵੀ ਘਰ ਉਜਾੜਤਾ ਤੇ ਤੂੰ ਆਪਦਾ ਤਾਂ ਵਸਿਆ ਨਹੀਂ, ਤੂੰ ਭੈਣ ਦਾ ਵੀ ਉਜਾੜਤਾ। ਤੇਰੇ ਵਰਗਾ ਪ੍ਰਾਈਸ ਦੁਨੀਆ ਤੇ ਨਾ ਹੀ ਹੋਵੇ ਤਾਂ ਹੀ ਚੰਗਾ ਆ, ਨਾ ਤੂੰ ਘਰ ਦਾ ਸਵਾਰ ਆ। ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਬਾਹਰ ਖੜ ਕੇ, ਹੁਣ ਤੂੰ ਘਰੋਂ ਬਾਹਰ ਨਿਕਲ, ਤੇਰੇ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ। ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਵੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ, ਫੋਲੋ ਵੀ ਕਰਿਓ ਤੇ ਲਾਈਕ ਤੇ ਹੋਰ ਸਬਸਕ੍ਰਾਈਬ ਵੀ ਕਰਿਓ। ਵਾਹ, ਹਾਂਜੀ ਕਰ ਲਿਓ ਕਹਿਣ ਤੇ ਸਬਸਕ੍ਰਾਈਬ। ਥੈਂਕ ਯੂ ਸੋ ਮਚ।